ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਐਮਪੀ ਮੈਂਬਰਸ਼ਿਪ ਖਾਰਜ ਕਰਾਉਣ ਦੀ ਪਟੀਸ਼ਨ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਸੁਣਵਾਈ ਹੋਈ, ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਅੰਮ੍ਰਿਤਪਾਲ ਸਿੰਘ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਦਰਅਸਲ ਅੰਮ੍ਰਿਤਪਾਲ ਸਿੰਘ ਦੇ ਨਾਲ ਹੀ ਖਡੂਰ ਸਾਹਿਬ ਤੋਂ ਚੋਣ ਲੜੇ ਵਿਕਰਮਜੀਤ ਸਿੰਘ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਇਲਜ਼ਾਮ ਲਾਏ ਨੇ ਕਿ ਅੰਮ੍ਰਿਤਪਾਲ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਵੀ ਅੱਧੇ ਅਧੂਰੇ ਭਰੇ ਨੇ ਅਤੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੇ ਆਪਣੇ ਖਰਚੇ ਦਾ ਕੋਈ ਵੀ ਬਿਊਰਾ ਨਹੀਂ ਦਿੱਤਾ। ਧਰਮ ਦੀ ਆੜ ਹੇਠ ਇਹ ਚੋਣ ਲੜੀ ਹੈ ਅਤੇ ਇਸ ਕਰਕੇ ਅੰਮ੍ਰਿਤਪਾਲ ਸਿੰਘ ਦੇ ਜੋ ਹਦਾਇਤਾਂ ਹੁੰਦੀਆਂ ਨੇ ਚੋਣ ਕਮਿਸ਼ਨ ਦੀਆਂ, ਉਸ ਨੂੰ ਪੂਰਾ ਨਹੀਂ ਕੀਤਾ ਅਤੇ ਇਸ ਲਈ ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਜਾਵੇ। ਤਾਂ ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੂੰ ਹੁਣ ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਅਤੇ ਇਸ ਸੰਬੰਧੀ ਜਵਾਬ ਮੰਗਿਆ ਗਿਆ। ਅੰਮ੍ਰਿਤਪਾਲ ਸਿੰਘ ਦੇ ਨਾਲ ਜਿੰਨੇ ਵੀ ਹੋਰ ਉਮੀਦਵਾਰ ਚੋਣ ਲੜੇ ਸ਼੍ਰੀ ਖਡੂਰ ਸਾਹਿਬ ਤੋਂ, ਉਹਨਾਂ ਨੂੰ ਵੀ ਇਹ ਨੋਟਿਸ ਜਾਰੀ ਹੋਇਆ ਹੈ ਅਤੇ ਸਾਰਿਆਂ ਨੂੰ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈ। ਅੰਮ੍ਰਿਤਪਾਲ ਸਿੰਘ ਦੀ ਐਮਪੀ ਮੈਂਬਰਸ਼ਿਪ ਰੱਦ ਕਰਵਾਉਣ ਲਈ ਇਹ ਪਟੀਸ਼ਨ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਵਿਕਰਮਜੀਤ ਸਿੰਘ ਦੇ ਵੱਲੋਂ ਦਾਇਰ ਕੀਤੀ ਗਈ ਹੈ ਅਤੇ ਇਸ ਸੰਬੰਧੀ ਵਿਕਰਮਜੀਤ ਸਿੰਘ ਦੇ ਵਕੀਲ ਨੇ ਦੱਸਿਆ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਸਰਕਾਰੀ ਅਧਿਕਾਰੀ ਮਦਦ ਕਰ ਰਹੇ ਨੇ, ਉਹਨਾਂ ਦੇ ਕਾਗਜ਼ਾਤ ਜਿਹੜੇ ਨਾਮਜ਼ਦਗੀ ਪੱਤਰ ਸੀ ਉਹ ਵੀ ਅਧੂਰੇ ਸੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਧਾਰਮਿਕ ਅਸਥਾਨਾਂ 'ਤੇ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ, ਧਰਮ ਦੀ ਆੜ ਹੇਠ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਅਤੇ ਨਾਲ ਹੀ ਕੋਈ ਵੀ ਖਰਚੇ ਦਾ ਬਿਊਰਾ ਤੱਕ ਨਹੀਂ ਦਿੱਤਾ ਗਿਆ। ਅਜਿਹੇ ਬਹੁਤ ਸਾਰੇ ਇਲਜ਼ਾਮ ਲਾਏ ਗਏ ਨੇ। ਤਾਂ ਹੁਣ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ, ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਸਮੇਤ ਖਡੂਰ ਸਾਹਿਬ ਤੋਂ ਚੋਣ ਲੜੇ ਬਾਕੀ ਉਮੀਦਵਾਰਾਂ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ ਅਤੇ ਇਸ ਸੰਬੰਧੀ ਜਵਾਬ ਮੰਗਿਆ ਗਿਆ ਹੈ। ਦੇਖੋ ਜੀ, ਵੀ ਜਿਹੜੀ ਇਲੈਕਸ਼ਨ ਪਟੀਸ਼ਨ ਸੀਗੀ ਅੰਮ੍ਰਿਤਪਾਲ ਦੇ ਅਗੇਂਸਟ ਫਾਈਲ ਕੀਤੀ ਸੀ ਵਿਕਰਮਜੀਤ ਹੋਣਾ ਤੋਂ, ਉਹਦੇ 'ਤੇ ਅੱਜ ਮਾਣਯੋਗ ਅਦਾਲਤ ਨੇ ਅੰਮ੍ਰਿਤਪਾਲ ਨੂੰ ਨੋਟਿਸ ਕੀਤਾ ਦਿਬਰੂਗੜ੍ਹ ਜੇਲ੍ਹ ਦੇ ਵਿੱਚ, ਕਿਉਂਕਿ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਨੇ, ਉਹਨਾਂ ਨੂੰ ਨੋਟਿਸ ਕੀਤਾ ਕਿਉਂਕਿ ਜਿਹੜੇ ਨੰਬਰ ਆਫ ਐਲੀਗੇਸ਼ਨ ਸੀਗੇ ਵਿਕਰਮਜੀਤ ਜੀ ਹੋਣਾ ਵੱਲੋਂ, ਜਿਹਨੇ ਉਹਨਾਂ ਦੇ ਓਪੋਜ਼ਿਟ ਇਲੈਕਸ਼ਨ ਕੰਟੈਸਟ ਕੀਤਾ ਸੀਗਾ, ਕਿ ਇੱਕ ਤਾਂ ਐਕਸਪੈਂਡੀਚਰ ਜਿਹੜੇ ਆ ਉਹਨਾਂ ਦੀ ਡਿਟੇਲ, ਦੂਸਰਾ ਕੁਛ ਆਫਿਸਰ ਇਨਵੋਲਵ ਸੀਗੇ ਉਹਨਾਂ ਨੂੰ ਇਲੈਕਸ਼ਨ ਜਿਤਾਉਣ ਦੇ ਵਿੱਚ, ਇੱਕ ਨੋਮੀਨੇਸ਼ਨ ਪੇਪਰ ਸੀਗਾ ਜਿਹੜਾ ਉਹ ਇਨਕੰਪਲੀਟ ਸੀਗਾ, ਮਤਲਬ ਡਿਫੈਕਟਿਵ ਨੋਮੀਨੇਸ਼ਨ ਪੇਪਰ ਨੂੰ ਵਿਦਆਊਟ ਸਕਰੂਟਨਾਈਜ਼ ਕਰਕੇ ਉਹਨਾਂ ਨੂੰ ਇਲੈਕਸ਼ਨ ਕੰਟੈਸਟ ਕਰ ਦਿੱਤਾ ਗਿਆ। ਸਿਮਿਲਰ ਮੈਂ ਇੱਕ ਕੇਸ ਦੀ ਇਗਜ਼ਾਮਪਲ ਦਿੰਦਾ, ਰਾਜ ਨਾਰਾਇਣ ਔਰ ਇੰਦਰਾ ਗਾਂਧੀ ਦੀ, ਉਸ ਕੇਸ ਦੇ ਵਿੱਚ ਵੀ ਇਹ ਹੋਇਆ ਸੀ ਵੀ ਕਿ ਇੱਕ ਰਿਟਰਨਿੰਗ ਆਫਿਸਰ ਨੇ ਐਜ਼ ਅ ਹੈਲਪਰ ਇੰਦਰਾ ਗਾਂਧੀ ਦੀ ਮਦਦ ਕੀਤੀ ਸੀ ਔਰ ਸ਼੍ਰੀ ਰਾਜ ਨਾਰਾਇਣ ਜੀ ਨੇ ਉਹਨਾਂ ਦੇ ਇਲੈਕਸ਼ਨ ਨੂੰ ਚੈਲੰਜ ਕੀਤਾ ਸੀਗਾ ਔਰ ਇੰਦਰਾ ਗਾਂਧੀ ਨੂੰ ਉਹਦੀ ਮੈਂਬਰਸ਼ਿਪ ਤੋਂ ਡਿਸਕੁਆਲੀਫਾਈ ਕੀਤਾ ਗਿਆ ਸੀਗਾ। ਇਹ ਸਿਮਿਲਰ ਫੁਟਿੰਗ ਆ, ਸਿਮਿਲਰ ਐਲੀਗੇਸ਼ਨ ਆ ਰਿਟਰਨਿੰਗ ਆਫਿਸਰ ਦੇ ਅਗੇਂਸਟ, ਐਕਸਪੈਂਡੀਚਰ ਔਰ ਆਲ ਡਿਟੇਲਸ ਜਿਹੜੀਆਂ, ਇੱਕ ਧਰਮ ਨੂੰ ਆੜ ਬਣਾ ਕੇ ਇਲੈਕਸ਼ਨ ਕੰਟੈਸਟ ਕਰਨਾ, ਜਿਹੜੇ ਕਿ ਵੀ ਆਪਾਂ ਕਹਿ ਸਕਦੇ ਹਾਂ ਵੀ ਇਲੈਕਸ਼ਨ ਰੂਲਸ ਦੇ ਨਾਲ ਨਾਲ ਵੀ ਜਿਹੜੇ ਕਾਨੂੰਨ ਬਣਾਏ ਗਏ ਆ ਇਲੈਕਸ਼ਨ ਕੰਟੈਸਟ ਕਰਨ ਸਮੇਂ ਜਿਹਦੀ ਪਾਲਣਾ ਹੋਣੀ ਚਾਹੀਦੀ, ਉਹਨਾਂ ਦੀ ਬਹੁਤ ਵੱਡੀ ਉਲੰਘਣਾ ਸੀ। ਨੈਕਸਟ ਡੇਟ ਕਿਹੜੀ ਹੈ ਜੀ? ਇਹ 25 ਅਕਤੂਬਰ ਆ ਜੀ। ਨੈਕਸਟ ਡੇਟ ਵੀ ਨੋਟਿਸ ਹੋਇਆ ਜਿਹੜੇ ਬਾਕੀ ਕੰਟੈਸਟ? ਬਿਲਕੁਲ ਜੀ, ਸਾਰੇ ਜਿੰਨੇ ਵੀ ਕੈਂਡੀਡੇਟਸ ਸੀਗੇ ਉਹਨਾਂ ਨੂੰ ਨੋਟਿਸ ਕੀਤਾ ਗਿਆ। ਹਾਂ, 26 ਆ ਜੀ। ਹਾਂਜੀ।